रायकोट के अधीन पेंदे कस्बा पखोवाल च लुधियाना की कोऑपरेटिव बैंक की ब्रांच से बीते रात अणपछाते चोरों ने मेन शटर के ताले तोड़ के नकदी चोरी करने की कोशिश की, पर भारी मुशक्कत तो बाद भी चोर स्ट्रोंग रूम च पे नकदी वाली सेफ तोड़न च नाकामयाब रहे। इस संबंधी बैंक मैनेजर का कहना सी कि सवेरे जदो ओ अते चौकीदार बैंक आए तो देखा कि बैंक के मेन गेट वाले शटर के ताले टुटे हुए सन, शटर बंद सी। इसकी सूचना उन्होंने उच्च अधिकारियों अते पुलिस थाना विच दिती, जिस तो बाद पुलिस मौके ते पहुंची। अणपछाते व्यक्तियों ने कुछ किया, सेफ भंड की गई है, मतलब पुलिस ने अभी बुला लिया, गिरफ्तारी की जा रही है। अच्छा जी, कोई नुकसान होने का नुकसान होने का हाले तक कोई अनुमान नहीं। मतलब अच्छा, आम इतने अपने बैंक च किन्नी अमाउंट रही है, कुछ है आइडिया है? कोई आम दिन किन्ने पैसे इतने होंगे? नहीं, 15-20 लाख ਸਾਨੂੰ ਥਾਣੇ ਤਲਾਹ ਮਿਲੀ ਸੀਗੀ ਵੀ ਜਿਹੜਾ ਸੈਂਟਰਲ ਕੋਆਪਰੇਟਿਵ ਬੈਂਕ ਹੈ ਇੱਥੇ ਪੱਖੋਵਾਲ, ਇੱਥੇ ਵੀ ਸ਼ਟਰ ਟੁੱਟੇ ਹੈ। ਬੈਂਕ ਵਾਲੇ ਵੱਲੋਂ ਵੀ ਤਲਾਹ ਮਿਲੀ ਸਾਨੂੰ, ਅਸੀਂ ਮੌਕੇ 'ਤੇ ਆ ਕੇ ਦੇਖਿਆ ਜੀ ਉਹਦੇ ਸ਼ਟਰ ਟੁੱਟੇ ਸੀਗੇ। ਜਿਹੜੀ ਬੈਂਕ ਦੀ ਸੇਫ ਬਣੀ ਆ ਉੱਥੇ ਤੱਕ ਜਾ ਕੇ ਵੀ ਜਿਹੜੀ ਲੋਕ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਬੈਂਕ ਵਿੱਚੋਂ ਕੋਈ ਕੈਸ਼ ਵਗੈਰਾ ਜਿਹੜਾ ਨਹੀਂ ਗਿਆ ਹੈਗਾ, ਉਹ ਕੈਸ਼ ਇਹਨਾਂ ਦਾ ਪੂਰਾ ਆ। ਅੱਛਾ, ਅਤੇ ਬਾਕੀ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰਾਂਗੇ ਜੀ। ਕਿੰਨਾ ਕੈਸ਼ ਪੈਸੇ ਇਹਨਾਂ ਕੋਲ? 42 ਲੱਖ ਕਰੀਬ, 43 ਕੁ ਲੱਖ ਰੁਪਏ ਦੇ ਕਰੀਬ ਸੀਗੇ। ਅੱਛਾ ਜੀ, ਹਾਂਜੀ। ਅਤੇ ਉਹ ਬੰਦੇ ਦਾ ਕੁਛ ਸੀਸੀਟੀਵੀ ਫੁਟੇਜ ਵਗੈਰਾ ਕੁਛ ਆਇਆ? ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜੀ। ਹਾਂਜੀ, ਅਤੇ ਉਹ ਚੈੱਕ ਕਰਕੇ ਦੇਖਾਂਗੇ, ਅਸੀਂ ਮਿਲਾਨ ਕਰਾਂਗੇ, ਅਤੇ ਹੋਰ ਵੀ ਚੈੱਕ ਕਰਾਂਗੇ ਜਿਹੜੇ ਬਾਹਰ ਲੱਗੇ ਹੋਏ ਆ ਸੀਸੀਟੀਵੀ ਕੈਮਰੇ। ਪੁਲਿਸ ਵੱਲੋਂ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਬੁਲਾ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਨਾਲ ਹੀ ਪੁਲਿਸ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤਲਾਸ਼ ਕਰਕੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਏਕੋਟ ਤੋਂ ਦਲਵਿੰਦਰ ਰਸ਼ੀਨ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।